ਡੀਅਰ ਸਟੂਡੈਂਟਸ ਵੈਲਕਮ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਡਿਫਰੈਂਸ ਬਿਟਵੀਨ ਸਮੇਟਿਵ ਫਾਰਮੇਟਿਵ ਐਂਡ ਡਾਇਗਨੋਸਟਿਕ ਅਸੈਸਮੈਂਟ ਜਿਹੜਾ ਹੈ ਰਚਨਾਤਮਕ ਸਮੁੱਚਾਤਮਕ ਤੇ ਨਿਦਾਨਾਤਮਕ ਅੰਕਲਨ ਹੈ ਇਹਦੇ ਵਿੱਚ ਕੀ ਕੀ ਫਰਕ ਹੈ ਹੁਣ ਇਹ ਜੇ ਅਸੀਂ ਜਦੋਂ ਵੀ ਕਿਸੇ ਵੀ ਚੀਜ਼ ਨੂੰ ਅਸੀਂ ਡਿਫਰੈਂਸ਼ੀਏਟ ਕਰਨਾ ਹੁੰਦਾ ਤਾਂ ਅਸੀਂ ਉਹਨੂੰ ਮੋਸਟਲੀ ਕਾਲਮ ਦੇ ਵਿੱਚ ਕਰਦੇ ਹੁੰਨੇ ਆ ਤਾਂ ਅਸੀਂ ਇੱਥੇ ਤਿੰਨ ਚੀਜ਼ਾਂ ਨੂੰ ਡਿਫਰੈਂਸ਼ੀਏਟ ਕਰਨਾ ਹੈ ਫਾਰਮੇਟਿਵ ਅਸੈਸਮੈਂਟ ਸਮੇਟਿਵ ਤੇ ਡਾਇਗਨੋਸਟਿਕ ਅਸੈਸਮੈਂਟ ਨੂੰ ਤਾਸੀ ਕਿਸ ਬੇਸ ਤੇ ਕਰ ਰਹੇ ਆ ਉਹਦੇ ਲਈ ਇੱਕ ਜਿਹੜਾ ਕਾਲਮ ਪਹਿਲਾ ਹੈ ਉਹਨੂੰ ਅਲੱਗ ਤੋਂ ਬਣਾ ਲਵਾਂਗੇ ਕਿਸੇ ਕਿਸ ਬੇਸ ਤੇ ਕਰਾਂਗੇ ਹੁਣ ਇਹਦੇ ਅਸੀਂ ਲਿਖਾਂਗੇ ਕਿ ਬੇਸ ਕੀ ਹੈ ਮੀਨਜ਼ ਗੁਣ ਕੀ ਹੈ ਹੁਣ ਫਰਸਟ ਅਸੀਂ ਗੱਲ ਕਰਦੇ ਹਾਂ ਸੁਭਾਅ ਮੀਨਜ਼ ਨੇਚਰ ਦੇ ਪੱਖੋਂ ਕਿਸ ਤਰ੍ਹਾਂ ਦਾ ਹੈ ਜਿਹੜਾ ਫਾਰਮੇਟਿਵ ਅਸੈਸਮੈਂਟ ਹੈ ਉਹ ਵਿਕਾਸਸ਼ੀਲ ਹੈ ਮੀਨਜ਼ ਡਿਵੈਲਪਮੈਂਟਲ ਹੈ ਤੇ ਜਿਹੜਾ ਸਮੇਟਿਵ ਅਸੈਸਮੈਂਟ ਹੈ ਉਹ ਨਿਰਣਾਇਕ ਹੈ ਮੀਨ ਜਿਹਦੇ ਵਿੱਚ ਜਿਹੜਾ ਡਿਸੀਜਨ ਨੇ ਉਹ ਲਈ ਜਾਂਦੇ ਨੇ ਤੇ ਰਿਮੀਡੀਅਲ ਅਸੈਸਮੈਂਟ ਉਪਚਾਰੀ ਹੈ ਰਿਮੀਡੀਅਲ ਹੈ ਡਾਇਗਨੋਸਟਿਕ ਹੈ ਮੀਨ ਜਿਹਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਲੱਭਣ ਦੇ ਲਈ ਜਿਹੜੇ ਉਪਚਾਰ ਨੇ ਉਹ ਕੀਤੇ ਜਾਂਦੇ ਨੇ ਫਿਰ ਉਦੇਸ਼ ਕੀ ਹੈ Aim ਕੀ ਹੈ ਇਹਦੇ ਵਿੱਚ ਵਿਵਕ ਖ ਸਮੱਸਿਆਵਾਂ ਦਾ ਨਿਦਾਨ ਕਰਨ ਦੇ ਲਈ ਵਰਤੇ ਜਾਂਦਾ ਫਾਰਮੇਟਿਵ ਅਸੈਸਮੈਂਟ ਨੂੰ ਤੇ ਜਿਹੜਾ ਸਮਮੇਟਿਵ ਅਸੈਸਮੈਂਟ ਹੈ ਉਹਦੇ ਵਿੱਚ ਵਰਗੀਕਰਨ ਕਰਨ ਦੇ ਲਈ ਮੀਨ ਕਲਾਸੀਫਿਕੇਸ਼ਨ ਕਰਨ ਦੇ ਲਈ ਤੇ ਨੈਕਸਟ ਗ੍ਰੇਡ ਦੇ ਵਿੱਚ ਉਤਸ਼ਾਹਿਤ ਕਰਨ ਦੇ ਲਈ ਮੀਨ ਜਿਵੇਂ ਕਿ ਬੱਚੇ 6th ਕਲਾਸ ਦੇ ਵਿੱਚ ਨੇ ਉਹਨਾਂ ਨੂੰ 7th ਦੇ ਵਿੱਚ ਕਰਨਾ ਫਿਰ ਇਸ ਸਮੱਸਿਆਵਾਂ ਦੇ ਹੱਲ ਲਈ ਉਪਾਅ ਦੇਣਾ ਜਿਹੜੀ ਡਾਇਗਨੋਸਟਿਕ ਅਸੈਸਮੈਂਟ ਹੈ ਉੱਥੇ ਉਹਦੇ ਕੀ ਹੈ ਉਹਦੇ ਵਿੱਚ ਕਿ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਜਾਂ ਉਪਾਅ ਦਿੱਤਾ ਜਾਂਦਾ ਹੈ ਨੈਕਸਟ ਹੈ ਟਾਈਮ ਦੇ ਬੀਸ ਤੇ ਹੁਣ ਜਿਹੜਾ ਫਾਰਮੇਟਿਵ ਅਸੈਸਮੈਂਟ ਹੈ ਉਹ ਸਿੱਖਲਾਈ ਪ੍ਰਕਿਰਿਆ ਦੌਰਾਨ ਕਰਵਾਏ ਗਏ ਹੁੰਦੇ ਨੇ ਮੀਨਸ ਜਦੋਂ ਜਿਹੜੀ ਟ੍ਰੇਨਿੰਗ ਪ੍ਰੋਸੈਸ ਹੈ ਉਹਦੇ ਦੌਰਾਨ ਇਹ ਕਰਵਾਏ ਗਏ ਹੁੰਦੇ ਨੇ ਕਰਵਾਏ ਜਾਂਦੇ ਨੇ ਮੀਨਸ ਤੇ ਜਦੋਂ ਮਿੰਸ ਬੱਚਾ ਪੂਰਾ ਸਾਲ ਪੜਦਾ ਹੈ ਉਹਦੇ ਵਿੱਚ ਤੇ ਜਿਹੜਾ ਸਮੈਟਿਵ ਅਸੈਸਮੈਂਟ ਹੈ ਉਹ ਸਾਲ ਦੇ ਐਂਡ ਦੇ ਵਿੱਚ ਮੀਨਸ ਇਹ ਬੱਚੇ ਪੂਰਾ ਸਾਲ ਤੇ ਸਮੈਟਿਵ ਅਸੈਸਮੈਂਟ ਸਾਲ ਦੇ ਅੰਤ ਦੇ ਵਿੱਚ ਫਿਰ ਡਾਇਗਨੋਸਟਿਕ ਅਸੈਸਮੈਂਟ ਪੜਾਉਣ ਤੋਂ ਪਹਿਲਾਂ ਤੇ ਕਲਾਸ ਸਿਖਾਉਣ ਤੋਂ ਬਾਅਦ ਦੇ ਵਿੱਚ ਇਹਨੂੰ ਅਪਲਾਈ ਕੀਤਾ ਜਾਂਦਾ ਹੈ ਫਿਰ ਟੈਸਟਿੰਗ ਕਿਵੇਂ ਦੀ ਹੁੰਦੀ ਹੈ ਹੁਣ ਇਹ ਟੈਸਟ ਕਰਨ ਦੇ ਲਈ ਅਕਸਰ ਹੀ ਵਰਤੋਂ ਕੀਤੀ ਜਾਂਦੀ ਹੈ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਜਿਹੜਾ ਸਮੈਟਿਵ ਅਸੈਸਮੈਂਟ ਹੈ ਇਹ ਟੈਸਟ ਕਰਨ ਦੇ ਲਈ ਇਹਦੇ ਵਿੱਚ ਇਹ ਘਟ ਵਰਤੇ ਜਾਂਦੇ ਨੇ ਤੇ ਜਿਹੜੇ ਡਾਇਗਨੋਸਟਿਕ ਅਸੈਸਮੈਂਟ ਹੈ ਇਹਦੇ ਵਿੱਚ ਕਿਸ ਤਰ੍ਹਾਂ ਟੈਸਟਿੰਗ ਹੁੰਦੀ ਹੈ ਉਪਚਾਰਾਤਮਿਕ ਕਿ ਬੱਚੇ ਨੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਉਹਨਾਂ ਦਾ ਉਪਚਾਰ ਲੱਭਣ ਦੇ ਵਿੱਚ ਇਹਦੀ ਵਰਤੋਂ ਅਕਸਰ ਕੀਤੀ ਜਾਂਦੀ ਹੈ ਨੈਕਸਟ ਫਿਰ ਸੁਜੈਸ਼ਨਸ ਸੁਝਾ ਇਹਦਾ ਜਿਹੜਾ ਟੀਚਾ ਹੈ ਹੋਰ ਸੁਧਾਰ ਦੇ ਲਈ ਫੀਡਬੈਕ ਇਕੱਠੀ ਕਰਨਾ ਹੁੰਦਾ ਹੈ ਮੀਨਸ ਜਿਹੜੀ ਹੋਰ ਇੰਪਰੂਵਮੈਂਟ ਕਰਨ ਦੇ ਲਈ ਫੀਡਬੈਕ ਇਕੱਠੀ ਕਰਨਾ ਹੁੰਦਾ ਮੀਨਸ ਵੀ ਕਿ ਹੁਣ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਦੇਖੋ ਟੈਸਟ ਹੁੰਦੇ ਨੇ ਇਹਦੇ ਵਿੱਚ ਤਾਂ ਅੱਜ ਜਿਹੜਾ ਟੈਸਟ ਲਿਆ ਸੀ ਦੇਖ ਲੈ ਕੇ ਬੱਚੇ ਨੇ ਨੰਬਰ 10 ਦੇ ਵਿੱਚੋਂ 7 ਆਇਆ ਤਾਂ ਨੈਕਸਟ ਟਾਈਮ ਬੱਚੇ ਨੇ 6 ਲੈਇਆ 8 ਲੈਇਆ ਠੀਕ ਹੈ ਉਹਦੇ ਲਈ ਹੁੰਦੀ ਹੈ ਇਹ ਜਿਹੜੀ ਸਮੈਟਿਵ ਅਸੈਸਮੈਂਟ ਹੁੰਦੀ ਹੈ ਇਹ ਪ੍ਰਾਪਤੀ ਦੇ ਪਹਿਲੇ ਪੱਧਰ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਕਿ ਬੱਚੇ ਨੇ ਪਹਿਲਾਂ ਜਿਹੜਾ ਲੈਵਲ ਕ੍ਰੋਸ ਕੀਤਾ ਉਹ ਤੋਂ ਹੁਣ ਤੱਕ ਇਹਨੇ ਕਿੰਨਾ ਕੁ ਇੰਪਰੂਵ ਕੀਤਾ ਫਿਰ ਇਹ ਫੀਡਬੈਕ ਦੇ ਆਧਾਰ ਤੇ ਉਪਾਅ ਕੀਤੇ ਜਾਂਦੇ ਨੇ ਮੀਨ ਜਿਸ ਤਰ੍ਹਾਂ ਦੀ ਫੀਡਬੈਕ ਮਿਲੀ ਹੈ ਸਾਨੂੰ ਬੱਚੇ ਦੀ ਸਮੱਸਿਆ ਮਿਲਣ ਤੋਂ ਬਾਅਦ ਉਹਦੇ ਅਕੋਰਡਿੰਗ ਹੀ ਜਿਹੜੇ ਸੁਝਾਅ ਨੇ ਉਹ ਦਿੱਤੇ ਜਾਂਦੇ ਨੇ ਨੈਕਸਟ ਹੈ ਸਕੋਰ ਇਹਦੇ ਜਿਹੜੇ ਸਾਰੇ ਸਕੋਰ ਨੇ ਉਹ ਦਰਜ ਨਹੀਂ ਹੈਗੇ ਫਾਰਮੇਟਿਵ ਅਸੈਸਮੈਂਟ ਦੇ ਸਮੈਟਿਵ ਦੇ ਪਿਛਲੇ ਮੁਲਾਂਕਣ ਦੇ ਸਾਰੇ ਜਿਹੜੇ ਸਕੋਰ ਨੇ ਉਹ ਰਿਕਾਰਡ ਕੀਤੇ ਗਏ ਨੇ ਇਹਦੇ ਵਿੱਚ ਤੇ ਜਿਹੜਾ ਡਾਇਗਨੋਸਟਿਕ ਅਸੈਸਮੈਂਟ ਹੈ ਇਹਦੇ ਵਿੱਚ ਲੋੜੀਂਦੇ ਅੰਕ ਸਿਰਫ ਰਿਕਾਰਡ ਕੀਤੇ ਜਾਂਦੇ ਨੇ ਮੀਨਜ਼ ਜਿੰਨਾ ਜਿੰਨਾ ਦੀ ਜ਼ਰੂਰਤ ਹੈ ਫਿਰ ਅਸੀਂ ਅਗਲਾ ਬੇਸ ਕੀ ਹੈ ਸੁਧਾਰ ਦੀ ਸੰਭਾਵਨਾ ਹੁਣ ਸਿੱਖਣ ਵਾਲੇ ਹੋਰ ਸੁਧਾਰਾਂ ਦੇ ਲਈ ਕੋਸ਼ਿਸ਼ ਕਰ ਸਕਦਾ ਹੈ ਬੱਚਾ ਹੁਣ ਜਿਵੇਂ ਕਿ ਵੀਕਲੀ ਟੈਸਟ ਹੁੰਦੇ ਆ ਬੱਚਿਆਂ ਦੇ ਅੱਜ ਨੰਬਰ ਘਟਨੇ ਤਾਂ ਨੈਕਸਟ ਟਾਈਮ ਬੱਚਾ ਇੰਪਰੂਵ ਕਰੇਗਾ ਹੁਣ ਜਿਹੜਾ ਸਮੈਟਿਵ ਅਸੈਸਮੈਂਟ ਹੈ ਇੱਕ ਆਖਰੀ ਕੋਸ਼ਿਸ਼ ਛੱਡ ਦਿੱਤੀ ਜਾਂਦੀ ਹੈ ਸਤੰਤਰ ਰੂਪ ਵਿੱਚ ਨਵੀਂ ਕੋਸ਼ਿਸ਼ ਦਾ ਜਿਹੜਾ ਮੌਕਾ ਹ ਤਾਜ਼ਾ ਹੁੰਦਾ ਹੈ ਮੀਨਜ਼ ਦੇਖੋ ਬੱਚਾ 6ਵੀਂ ਤੋਂ 7ਵੀਂ ਦੇ ਵਿੱਚ ਹੋ ਗਿਆ ਤਾਂ ਸਾਰਾ ਕੁਝ ਉਹਦੇ ਕੋਲ ਫਰੈਸ਼ ਇੱਕ ਜਿਹੜਾ ਨਵਾਂ ਮੌਕਾ ਹੈ ਇੱਕ ਜਿਹੜੀ ਨਿਊ ਅਪਰਚੂਨਿਟੀ ਬੱਚੇ ਕੋਲ ਉਹ ਆਉਂਦੀ ਹੈ ਇਹ ਹਰ ਸਮੇਂ ਵਿੱਚ ਸੁਧਾਰ ਦੀ ਸੰਭਾਵਨਾ ਦਿੰਦਾ ਹੈ ਮੀਨਜ਼ ਕਿ ਬੱਚੇ ਦੇਖੋ ਜਿਹੜੀਆਂ ਸਮੱਸਿਆਵਾਂ ਨੇ ਜਦੋਂ ਵੀ ਸਮੱਸਿਆ ਆ ਰਹੀ ਹੈ ਨਾਲ ਦੀ ਨਾਲ ਉਹਦੇ ਵਿੱਚ ਸੁਧਾਰ ਦੀ ਜਿਹੜੀ ਸੰਭਾਵਨਾ ਉਹ ਦਿੰਦਾ ਹੈ ਨੈਕਸਟ ਹੈ ਗ੍ਰੇਡ ਔਰ ਸਰਟੀਫିକੇਟ ਹੁਣ ਜਿਹੜੀ ਫਾਰਮੇਟਿਵ ਅਸੈਸਮੈਂਟ ਹੈ ਇਹਦੇ ਵਿੱਚ ਬੱਚਿਆਂ ਨੂੰ ਕੋਈ ਗ੍ਰੇਡ ਜਾਂ ਜਿਹੜੇ ਸਰਟੀਫਿਕੇਟਸ ਨੇ ਉਹ ਪ੍ਰੋਵਾਈਡ ਨਹੀਂ ਕੀਤੇ ਜਾਂਦੇ ਜਿਹੜਾ ਸਮੈਟਿਵ ਅਸੈਸਮੈਂਟ ਹੈ ਇਹਦੇ ਵਿੱਚ ਗ੍ਰੇਡ ਅਵਾਰਡਸ ਬੱਚਿਆਂ ਨੂੰ ਦਿੱਤੇ ਜਾਂਦੇ ਨੇ ਹੁਣ ਸਪੋਸ ਕਰੋ ਬੱਚਾ ਫਰਸਟ ਆਇਆ ਤਾਂ ਉਹਨੂੰ ਗ੍ਰੇਡ ਵੀ ਦਿੱਤਾ ਜਾਏਗਾ ਉਹਨੂੰ ਅਵਾਰਡ ਵੀ ਦਿੱਤਾ ਜਾਏਗਾ ਹੁਣ ਜਿਹੜੀ ਡਾਇਗਨੋਸਟਿਕ ਅਸੈਸਮੈਂਟ ਹੈ ਇਹਦੇ ਵਿੱਚ ਕੋਈ ਵੀ ਗ੍ਰੇਡ ਜਾਂ ਸਰਟੀਫਿਕੇਟ ਦਾ ਪ੍ਰਬੰਧ ਨਹੀਂ ਹੈ ਨੈਕਸਟ ਹੈ ਵਿਸ਼ਲੇਸ਼ਣ ਮੀਨਸ ਐਨਲਿਸਿਸ ਜਿਹੜੇ ਕਾਰਡ ਕੀਤੇ ਗਏ ਸਕੋਰ ਦਾ ਹੋਰ ਸੁਧਾਰ ਦੇ ਲਈ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਮੀਨਸ ਜਦੋਂ ਅਸੀਂ ਬੱਚੇ ਦਾ ਜਿਹੜਾ ਸਕੋਰ ਆਉਂਦਾ ਉਹਨੂੰ ਰਿਕਾਰਡ ਕਰਦੇ ਆ ਤਾਂ ਉੱਥੇ ਅਸੀਂ ਉਹਨੂੰ ਐਨਲਾਈਜ਼ ਕਰ ਸਕਦੇ ਹਾਂ ਕਿ ਬੱਚੇ ਨੇ ਕਿੰਨੀ ਇੰਪਰੂਵਮੈਂਟ ਹੋ ਕੀਤੀ ਹੈ ਹੁਣ ਇਹਦੇ ਵਿੱਚ ਜਿਹੜੀ ਸਬਮੇਟਿਵ ਅਸੈਸਮੈਂਟ ਹੁੰਦੀ ਹੈ ਸਿਰਫ ਨਤੀਜੇ ਰਿਕਾਰਡਿੰਗ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਮੀਨਸ ਜਿਹੜਾ ਰਿਜ਼ਲਟ ਅਸੀਂ ਦੇਣਾ ਹੈ ਉਹਦੇ ਬੇਸ ਤੇ ਹੀ ਅਸੀਂ ਉਹਨਾਂ ਕੋ ਜਿਹੜਾ ਰਿਕਾਰਡਿੰਗ ਉਹ ਕਰਦੇ ਆ ਇਹਦੇ ਵਿੱਚ ਬੱਚਿਆਂ ਦੇ ਕੋਲ ਕੁਝ ਨਹੀਂ ਦੱਸਿਆ ਜਾਂਦਾ ਕਿ ਤੁਹਾਡੇ ਕਿੰਨੇ ਨੰਬਰ ਨੇ ਸਿਰਫ ਇਹ ਦੱਸਣਾ ਕਿ ਤੁਸੀਂ ਫਸਟ ਹੋ ਜਾਂ ਸਕੈਂਡ ਨੂੰ ਹੁਣ ਤਾਂ ਬੱਚਿਆਂ ਨੂੰ ਡੀਐਮਸੀ ਦਿੱਤੇ ਜਾਂਦੇ ਨੇ ਤਾਂ ਉਹਦੇ ਵਿੱਚ ਬੱਚਿਆਂ ਨੂੰ ਲਿਖਿਆ ਜਾਂਦਾ ਕਿ ਤੁਹਾਡੇ ਕਿਹੜੇ ਸਬਜੈਕਟ ਦੇ ਵਿੱਚ ਕਿੰਨੇ ਨੰਬਰ ਨੇ ਫਿਰ ਉਪਾਅ ਦੇਣ ਦੇ ਲਈ ਜਿਹੜਾ ਵਿਸ਼ਲੇਸ਼ਣ ਹੈ ਜਾਂ ਐਨਾਲਾਈਜ਼ ਉਹ ਕੀਤਾ ਜਾਂਦਾ ਇਹਦੇ ਵਿੱਚ ਫਿਰ ਸੈਂਟਰ ਮੀਨਸ ਫੋਕਸ ਕਿਸ ਚੀਜ਼ ਤੇ ਆ ਇਹ ਸੁਧਾਰ ਦੇ ਉੱਪਰ ਮੀਨਸ ਇੰਪਰੂਵਮੈਂਟ ਦੇ ਉੱਪਰ ਫੋਕਸ ਕਰਦਾ ਜਿਹੜਾ ਫਾਰਮੇਟਿਵ ਅਸੈਸਮੈਂਟ ਹੈ ਸਮੇਟਿਵ ਅਸੈਸਮੈਂਟ ਇਹ ਵਿਦਿਆਰਥੀਆਂ ਦੀ ਪ੍ਰਾਪਤੀ ਦੇ ਉੱਪਰ ਕਿ ਬੱਚੇ ਨੇ ਜਿਹੜੇ ਅਚੀਵਮੈਂਟਸ ਨੇ ਕੀ ਰਈਆਂ ਨੇ ਉਹਦੇ ਉੱਪਰ ਫੋਕਸ ਕਰਦਾ ਹੈ ਜਿਹੜਾ ਡਾਇਗਨੋਸਟਿਕ ਅਸੈਸਮੈਂਟ ਹੈ ਉਹ ਸਮੱਸਿਆਵਾਂ ਦੇ ਨਿਦਾਨ ਤੇ ਉਪਾਅ ਦੇ ਉੱਪਰ ਫੋਕਸ ਕਰਦਾ ਹੈ ਨਿਦਾਨ ਮੀਨਸ ਪਹਿਲਾਂ ਉਹਨਾਂ ਨੂੰ ਲੱਭਣਾ ਤੇ ਫਿਰ ਉਹਨਾਂ ਦਾ ਨਿਵਾਰਨ ਕਰਨਾ ਤੇ ਫਿਰ ਨਾਲ ਨਾਲ ਉਹਨਾਂ ਨੂੰ ਉਪਾਅ ਦੱਸਣਾ ਬੱਚਿਆਂ ਨੂੰ ਨੈਕਸਟ ਹੈ ਜਾਣਕਾਰੀ ਮੀਨਸ ਕਿਸ ਤਰ੍ਹਾਂ ਦੀ ਜਾਣਕਾਰੀ ਦੇ ਉੱਪਰ ਆਧਾਰਿਤ ਨੇ ਜਾਂ ਕਿਸ ਤਰ੍ਹਾਂ ਦੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਭਵਿੱਖ ਨਾਲ ਸੰਬੰਧਿਤ ਸੁਧਾਰਾਂ ਲਈ ਸਿਰਫ ਸੰਬੰਧਿਤ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਮੀਨਸ ਹੁਣ ਜਿਹੜਾ ਟੀਚਰ ਜਿਹੜਾ ਸਬਜੈਕਟ ਕਰਾਉਂਦਾ ਉਹਦੀ ਜਾਣਕਾਰੀ ਇਕੱਠੀ ਕਰਦਾ ਫਿਰ ਜਿਹੜਾ ਸਮੈਟਿਵ ਅਸੈਸਮੈਂਟ ਹੈ ਇਹਦੇ ਵਿੱਚ ਮਿਡ ਟਰਮ ਤੇ ਸਲਾਨਾ ਜਾਣਕਾਰੀ ਹਵਾਲੇ ਦੇ ਲਈ ਦਰਜ ਕੀਤੀ ਜਾਂਦੀ ਹੈ ਮਿਡ ਟਰਮ ਜਿਹੜੇ ਐਗਜ਼ਾਮ ਹੁੰਦੇ ਆ ਤੇ ਨਾਲ ਨਾਲ ਐਨੂਅਲ ਦੋਵਾਂ ਦੀ ਫਿਰ ਟ੍ਰੇਨਿੰਗ ਪ੍ਰੋਸੈਸ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਹੈ ਉਹ ਇਹਦੇ ਵਿੱਚ ਇਕੱਠੀ ਕੀਤੀ ਜਾਂਦੀ ਹੈ ਕਿਦੇ ਵਿੱਚ ਡਾਇਗਨੋਸਟਿਕ ਅਸੈਸਮੈਂਟ ਦੇ ਵਿੱਚ ਨੈਕਸਟ ਹੈ ਐਕਸਪਰਟਸ ਦੀ ਜ਼ਰੂਰਤ ਪੈਂਦੀ ਹੈ ਹੁਣ ਦੇਖਾਂਗੇ ਕਿਹਦੇ ਕਿਹਦੇ ਵਿੱਚ ਜ਼ਰੂਰਤ ਪੈਂਦੀ ਹੈ ਜਿਹੜੇ ਫਾਰਮੇਟਿਵ ਅਸੈਸਮੈਂਟ ਕਰਦੇ ਨੇ ਉਹ ਸਾਰੇ ਜਿਹੜੀ ਟੀਚਰ ਨੇ ਐਕਸਪਰਟ ਹੁੰਦੇ ਨੇ ਮੀਨ ਜੀ ਦੇਖੋ ਟੀਚਰ ਕਲਾਸ ਨੂੰ ਪੜਾ ਰਿਹਾ ਸਾਇੰਸ ਪੜਾ ਰਿਹਾ ਮੈਥ ਪੜਾ ਰਿਹਾ ਤਾਂ ਉਹ ਐਕਸਪਰਟਸ ਨੇ ਆਪਣੇ ਸਬਜੈਕਟ ਦੇ ਵਿੱਚ ਤੇ ਉਹਦੇ ਅਕੋਰਡਿੰਗ ਬੱਚੇ ਦੀ ਜਿਹੜੀ ਅਸੈਸਮੈਂਟ ਹੈ ਉਹ ਕਰਦੇ ਆ ਫਿਰ ਇਹਦੇ ਵਿੱਚ ਜਿਹੜੇ ਐਕਸਟਰਨਲਸ ਨੇ ਮੀਨਸ ਬਾਹਰ ਤੋਂ ਐਕਸਪਰਟਸ ਨੇ ਉਹਨਾਂ ਦੀ ਡਿਮਾਂਡ ਵੀ ਕੀਤੀ ਜਾ ਸਕਦੀ ਹੈ ਸਮੈਟਿਵ ਅਸੈਸਮੈਂਟ ਦੇ ਵਿੱਚ ਫਿਰ ਜਿਹੜੀ ਡਾਇਗਨੋਸਟਿਕ ਅਸੈਸਮੈਂਟ ਹੈ ਇਹਦੇ ਵਿੱਚ ਵੀ ਮਾਹਿਰ ਦੀ ਸਹਾਇਤਾ ਦੀ ਮੰਗ ਕੀਤੀ ਜਾ ਸਕਦੀ ਹੈ ਮੀਨ ਜਿਹੜੇ ਕਿ ਐਕਸਪਰਟਸ ਹੁੰਦੇ ਨੇ ਉਹਨਾਂ ਦੀ ਹੈਲਪ ਲਈ ਜਾ ਸਕਦੀ ਹੈ ਫਿਰ ਮਾਪਦੰਡ ਮਾਪਦੰਡ ਮੀਨਸ ਜਿਹੜੇ ਸੀ ਕਹਿੰਦੇ ਵੀ ਕੋਈ ਸਟੈਂਡਰਡਸ ਕਿਸ ਤਰੀਕੇ ਨਾਲ ਅਸੀਂ ਜਿਹੜੀ ਮੀਜਰਮੈਂਟ ਉਹ ਕਰਨੀ ਹੈ ਹੁਣ ਇਹ ਯੂਨਿਟ ਟੈਸਟ ਕੋਈ ਅਸਾਈਨਮੈਂਟ ਨੇ ਬੱਚਿਆਂ ਦੇ ਕੋਈ ਟੈਸਟ ਨੇ ਉਹਨਾਂ ਦੇ ਬੇਸ ਤੇ ਜਿਹੜੀ ਫਾਰਮੇਟਿਵ ਅਸੈਸਮੈਂਟ ਆ ਉਹ ਕੀਤੀ ਜਾਂਦੀ ਹੈ ਤੇ ਜਿਹੜੇ ਸਮੈਟਿਵ ਅਸੈਸਮੈਂਟ ਹੈ ਇਹ ਟਰਮ ਟੈਸਟ ਹੁੰਦੇ ਨੇ ਤੇ ਜਿਹੜੇ ਐਕਸਟਰਨਲ ਇਗਜ਼ਾਮਸ ਹੁੰਦੇ ਨੇ ਬੱਚੇ ਦੇ ਤੇ ਇਹਨਾਂ ਦੇ ਬੇਸ ਤੇ ਰਿਜ਼ਲਟ ਦੇ ਆਧਾਰ ਤੇ ਜਿਹੜੀ ਸਮੈਟਿਵ ਅਸੈਸਮੈਂਟ ਉਹ ਕੀਤੀ ਜਾਂਦੀ ਹੈ ਫਿਰ ਜਿਹੜੀ ਡਾਇਗਨੋਸਟਿਕ ਅਸੈਸਮੈਂਟ ਹੈ ਇਹ ਕੋਰਸ ਦੇ ਆਰੰਭ ਜਾਂ ਅੰਤ ਦੇ ਸਮੇਂ ਕੀਤੀ ਜਾ ਸਕਦੀ ਹੈ ਨੈਕਸਟ ਬੇਸ ਹੈ ਡਿਫਰੈਂਸ਼ੀਏਟ ਕਰਨ ਦਾ ਵਿਦਿਆਰਥੀਆਂ ਦੀ ਕਿਸਮ ਮੀਨਸ ਬੱਚੇ ਕਿਸ ਤਰ੍ਹਾਂ ਦੇ ਨੇ ਹਾਂ ਜਿਹੜੀ ਫਾਰਮੇਟਿਵ ਅਸੈਸਮੈਂਟ ਇਹਦੇ ਵਿੱਚ ਜਮਾਤ ਦਾ ਹਰੇਕ ਵਿਦਿਆਰਥੀ ਸ਼ਾਮਿਲ ਹੁੰਦਾ ਹੈ ਤੇ ਜਿਹੜੀ ਸਬਮੇਟਿਵ ਹੈ ਇਹਦੇ ਵਿੱਚ ਸਲਾਨਾ ਜਾਂ ਜਿਹੜੀ ਮਿਡ ਟਰਮ ਪ੍ਰੀਖਿਆ ਲਈ ਸਾਰੀਆਂ ਜਿਹੜੀਆਂ ਕਲਾਸਾਂ ਨੇ ਉਹ ਸ਼ਾਮਿਲ ਹੁੰਦੀਆਂ ਨੇ ਫਿਰ ਜਿਹੜੇ ਡਾਇਗਨੋਸਟਿਕ ਅਸੈਸਮੈਂਟ ਹੈ ਇਹਦੇ ਵਿੱਚ ਸਿਰਫ ਕਮਜ਼ੋਰ ਬੱਚੇ ਨੇ ਜਿਹੜੇ ਮੀਨਜ਼ ਜਿਹੜੇ ਬੱਚਿਆਂ ਦੀ ਸਮੱਸਿਆ ਪ੍ਰੋਬਲਮ ਹੈ ਉਹਨਾਂ ਨੂੰ ਹੀ ਜਿਹੜਾ ਇਲਾਜ ਆ ਉਹ ਇੱਥੇ ਦਿੱਤਾ ਜਾਂਦਾ ਹੈ ਫਿਰ ਅਨੁਮਾਨ ਲਗਾਉਣਾ ਮੀਨਜ਼ ਗੈਸ ਲਗਾਉਣਾ ਹੁਣ ਫਾਰਮੇਟਿਵ ਅਸੈਸਮੈਂਟ ਦੇ ਵਿੱਚ ਸ਼ਾਇਦ ਇਸ ਦਾ ਜਿਹੜਾ ਅੰਦਾਜ਼ਾ ਹੋ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਹੋ ਸਾਰਾ ਬੱਚਾ ਅੱਜ ਘਟ ਉਹਨੇ ਮਾਰਕਸ ਲਏ ਨੇ ਉਹਦੀ ਨਹੀਂ ਤਿਆਰੀ ਸੀ ਨੈਕਸਟ ਦੇ ਵਿੱਚ ਵਧੀਆ ਇੰਪਰੂਵਮੈਂਟ ਕਰ ਸਕਦਾ ਕਿਸੇ ਸਬਜੈਕਟ ਦੇ ਵਿੱਚ ਕਿਸ ਤਰ੍ਹਾਂ ਦੀ ਬੱਚੇ ਦੀ ਜਿਹੜੀ ਪਰਫਾਰਮੈਂਸ ਹੁੰਦੀ ਹੈ ਕਿਸੇ ਵਿੱਚ ਕਿਸ ਤਰ੍ਹਾਂ ਦੀ ਹੁੰਦੀ ਹੈ ਹੁਣ ਸਬਮੇਟਿਵ ਅਸੈਸਮੈਂਟ ਦੇ ਵਿੱਚ ਇਹਦਾ ਜਿਹੜਾ ਅੰਦਾਜ਼ਾ ਹੋ ਲਗਾਇਆ ਜਾ ਸਕਦਾ ਜਿਵੇਂ ਕਿ ਹੁਣ ਬੱਚਾ ਪਾਸ ਹੈ ਫੇਲ ਹੈ ਜਾਂ ਉਹਨੇ ਕਿਸ ਤਰ੍ਹਾਂ ਦਾ ਗ੍ਰੇਡ ਲਿਆ ਉਹ ਸਾਰਾ ਇਹਦੇ ਵਿੱਚ ਅੰਦਾਜ਼ਾ ਲੱਗ ਜਾਂਦਾ ਹੈ ਡਾਇਗਨੋਸਟਿਕ ਅਸੈਸਮੈਂਟ ਦੇ ਵਿੱਚ ਜਿਹੜੇ ਸਬੂਤ ਨੇ ਪ੍ਰੂਫਸ ਨੇ ਉਹਨਾਂ ਦੀ ਡਿਮਾਂਡ ਕੀਤੀ ਜਾਂਦੀ ਹੈ ਇਹਦੇ ਵਿੱਚ ਕਿਉਂਕਿ ਜੇਕਰ ਹੁਣ ਅਸੀਂ ਕਹਿੰਦੇ ਵੀ ਜੇ ਬੱਚੇ ਦੀ ਪ੍ਰੋਬਲਮ ਹੈ ਤਾ ਪ੍ਰੋਬਲਮ ਕੀ ਹੈ ਉਹਦਾ ਜਿਹੜਾ ਪ੍ਰੂਫ ਆ ਦੇਣਾ ਪਏਗਾ ਜਿਵੇਂ ਕਿ ਬੱਚਾ ਮੈਥ ਦੇ ਵਿੱਚ ਕਮਜ਼ੋਰ ਹੈ ਇੰਗਲਿਸ਼ ਦੇ ਵਿੱਚ ਕਮਜ਼ੋਰ ਹੈ ਤਾਂ ਜੇਕਰ ਸਾਡੇ ਕੋਲ ਕੋਈ ਪ੍ਰੂਫ ਹੋਏਗਾ ਅਸੀਂ ਉਹਨੂੰ ਦਵਾਂਗੇ ਤੇ ਫੇਰ ਹੀ ਉਹਦੇ ਬੇਸ ਤੇ ਬੱਚੇ ਜਿਹੜੀ ਪ੍ਰੋਬਲਮ ਹੈ ਉਹਨੂੰ ਡਾਇਗਨੋਸ ਕੀਤਾ ਜਾਏਗਾ ਡੀਅਰ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਥੈਂਕਸ ਫॉर ਵਾਚਿੰਗ